ਇਹ ਦੇਖੋ ਅੱਜ ਤਿੰਨ ਰੂਹ ਕਮਾਊ ਵਾਰਦਾਤਾਂ ਹੋਈਆਂ ਨੇ ਜਿਨ੍ਹਾਂ 'ਤੇ ਸੋਚਣਾ ਬਣਦਾ ਹੈ ਅਤੇ ਸਬਕ ਲੈਣਾ ਬਣਦਾ ਹੈ। ਪਹਿਲੀ ਇਹ ਵਾਰਦਾਤ ਸੋਹਣੀ ਸੁਨੱਖੀ ਕੁੜੀ ਦੇ ਨਾਲ ਹੋਈ ਹੈ ਜਿਹੜੀ ਕਿ ਲੁਧਿਆਣਾ ਦੇ ਗਿੱਲ ਰੋਡ ਦੇ ਰੇਲਵੇ ਫਾਟਕਾਂ ਦੇ ਖੇਤਾਂ ਕੋਲ ਹੋਈ ਹੈ। ਹੋਇਆ ਕੀ ਹੈ ਕਿ ਇਸ ਸੋਹਣੀ ਸੁਨੱਖੀ ਕੁੜੀ ਦੀ ਲਾਸ਼ ਉੱਥੋਂ ਮਿਲੀ ਜਿਹੜੀ ਕੁੜੀ ਨੂੰ ਗਲਾ ਵੱਢ ਕੇ ਮਾਰ ਦਿੱਤਾ ਗਿਆ ਸੀ ਔਰ ਇਹ ਕੁੜੀ ਅੱਜ ਸਵੇਰ ਘਰ ਤੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਔਰ ਮੱਥਾ ਟੇਕਣ ਗਈ ਜਦੋਂ ਵਾਪਸ ਨਹੀਂ ਆਈ ਤਾਂ ਫਿਰ ਇਸ ਦੇ ਘਰਦਿਆਂ ਨੇ ਇਸ ਦੀ ਭਾਲ ਸ਼ੁਰੂ ਕੀਤੀ ਤਾਂ ਇਸ ਖੂਬਸੂਰਤ ਸੋਹਣੀ ਸੁਨੱਖੀ ਧੀ ਇਹਦੀ ਲਾਸ਼ ਖੇਤਾਂ ਦੇ ਵਿੱਚ ਪਈ ਹੋਈ ਮਿਲੀ ਔਰ ਗਲਾ ਵੱਢਿਆ ਹੋਇਆ ਸੀ। ਹੁਣ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇ ਦਿਆਂ, ਇਹਦਾ ਨਾਂ ਸੰਦੀਪ ਕੌਰ ਹੈ, ਇਹ ਵਿਆਹੀ ਹੋਈ ਸੀ, ਇਹਦੀ ਇੱਕ ਛੋਟੀ ਜਿਹੀ ਬੱਚੀ ਵੀ ਹੈ ਔਰ ਇਹ ਅਕਸਰ ਹੀ ਗੁਰਦੁਆਰਾ ਸਾਹਿਬ ਜਾਂਦੀ ਹੁੰਦੀ ਸੀ। ਅੱਜ ਜਦੋਂ ਇਹ ਆਪਣੀ ਐਕਟਿਵਾ 'ਤੇ ਮੋਪੜ 'ਤੇ ਘਰੋਂ ਗੁਰਦੁਆਰਾ ਸਾਹਿਬ ਜਾਂਦੀ ਹੈ ਤਾਂ ਫਿਰ ਵਾਪਸ ਨਹੀਂ ਆਉਂਦੀ ਤਾਂ ਫਿਰ ਇਸ ਦੀ ਮਾਂ ਜਿਹੜੀ ਹੈ ਇਹ ਆਪਣੇ ਮਾਪਿਆਂ ਕੋਲ ਸੀ ਇਸ ਵਕਤ, ਇਸ ਦੀ ਮਾਂ ਇਸ ਦੇ ਪਿਤਾ ਨੂੰ ਦੱਸਦੀ ਹੈ ਕਿ ਸੰਦੀਪ ਘਰ ਨਹੀਂ ਆਈ ਤਾਂ ਉਹ ਗੁਰਦੁਆਰਾ ਸਾਹਿਬ ਵੱਲ ਜਦੋਂ ਵੇਖਣ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਇਹਦਾ ਗਲਾ ਕੱਟਿਆ ਹੋਇਆ ਸੀਗਾ, ਹੋਰ ਕਿਤੇ ਕੋਈ ਸੱਟ ਨਹੀਂ ਸੀ, ਗਲਾ ਵੱਢਿਆ ਹੋਇਆ ਸੀ, ਪਹਿਲਾਂ ਕੁੱਟਿਆ ਹੋਇਆ ਸੀ ਫਿਰ ਵੱਢਿਆ ਹੋਇਆ ਸੀ ਅਤੇ ਇਹ ਖੇਤਾਂ 'ਚ ਪਈ ਸੀ। ਹੁਣ ਤੁਸੀਂ ਇਸ ਵਾਰਦਾਤ ਬਾਰੇ ਸੋਚੋ ਜ਼ਰਾ ਵੀ ਇਹ ਕਿੰਨੀ ਦਰਦਨਾਕ ਹੈ, ਕਿੰਨੀ ਫਿਕਰਮੰਦੀ ਵਾਲੀ ਹੈ। ਪੰਜਾਬ ਦਾ ਮਾਹੌਲ ਦਿਨੋ ਦਿਨ ਹੋ ਕੀ ਰਿਹਾ, ਕਾਨੂੰਨ ਵਿਵਸਥਾ ਦਾ ਕੀ ਹਾਲ ਹੋ ਰਿਹਾ ਅਤੇ ਸਾਡੇ ਲੋਕਾਂ ਦੀ ਸੋਚ ਦਾ ਕੀ ਹਾਲ ਹੋ ਰਿਹਾ ਕਿ ਇੱਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਿਆਂ ਭੋਰਾ ਵੀ ਰੂਹ ਨਹੀਂ ਕੰਬਦੀ। ਦੂਜੀ ਵਾਰਦਾਤ ਹੋਈ ਹੈ ਮੋਹਾਲੀ ਜ਼ਿਲ੍ਹੇ ਦੇ ਸ਼ਾਮਪੁਰ ਪਿੰਡ ਦੇ ਵਿੱਚ, ਇੱਕ ਹਵਸ ਦੇ ਵਿੱਚ, ਮਤਲਬ ਨਜਾਇਜ਼ ਸੰਬੰਧਾਂ ਦੀ ਹਵਸ 'ਚ ਅੰਨ੍ਹੀ ਹੋਈ ਮਾਂ ਨੇ ਆਪਣੀ ਹੀ ਇੱਕ ਮਾਸੂਮ ਬੱਚੀ ਨੂੰ ਮਾਰ ਦਿੱਤਾ। ਉਹਦੇ ਸੰਬੰਧ ਜਿਹੜੇ ਦੱਸੇ ਜਾ ਰਹੇ ਨੇ ਉਹਦੇ ਹੀ ਜੇਠ ਦੇ ਨਾਲ ਸੀਗੇ ਔਰ ਘਰ ਵਾਲਾ ਇਸ ਔਰਤ ਦਾ ਫੌਜ ਦੇ ਵਿੱਚ ਸੀਗਾ ਔਰ ਇਸ ਬੱਚੀ ਨੇ ਇੱਕ ਦਿਨ ਆਪਣੀ ਮਾਂ ਨੂੰ ਆਪਦੇ ਤਾਏ ਦੇ ਨਾਲ ਗਲਤ ਸੰਬੰਧਾਂ 'ਚ ਵੇਖ ਲਿਆ ਸੀਗਾ ਔਰ ਉਸ ਮਾਂ ਨੇ ਅਤੇ ਤਾਏ ਨੇ ਫਿਰ ਫੈਸਲਾ ਕੀਤਾ ਵੀ ਇਸ ਜਵਾਕੜੀ ਨੂੰ ਹੁਣ ਖਤਮ ਹੀ ਕਰ ਦੇਣਾ ਚਾਹੀਦਾ ਹੈ। ਤੁਸੀਂ ਦੇਖੋ ਕਿੰਨੀ ਇਨਸਾਨੀਅਤ ਗਿਰ ਗਈ, ਮਰ ਗਈ ਲੋਕਾਂ ਦੇ ਅੰਦਰ ਹੌਲੀ ਹੌਲੀ, ਸਾਡਾ ਸਮਾਜ ਕਿਸ ਕਦਰ ਨਿਗਰਦਾ ਜਾ ਰਿਹਾ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੇ ਨਾਲ ਇਹੋ ਜਿਹੀਆਂ ਵਾਰਦਾਤਾਂ ਮਾਂ ਵੱਲੋਂ। ਅੱਗੇ ਕਹਿੰਦੇ ਹੁੰਦੇ ਸੀ ਵੀ ਪੁੱਤ ਕੁ ਪੁੱਤ ਹੋ ਜਾਂਦੇ ਨੇ ਪਰ ਮਾਪੇ ਕੁ ਮਾਪੇ ਨਹੀਂ ਹੁੰਦੇ। ਕਹਿੰਦੇ ਹੁੰਦੇ ਸੀ ਮਾਂ ਹੈ ਰੱਬ ਦਾ ਨਾਂ ਹੋਏ ਦੁਨੀਆ ਵਾਲਿਓ, ਅਤੇ ਆ ਇਹੋ ਜਿਹੀਆਂ ਮਾਵਾਂ ਜਦੋਂ ਵੇਖਦੇ ਹਾਂ ਤਾਂ ਫਿਰ ਮੌਜੂਦਾ ਰਾਜਨੀਤਿਕ ਪ੍ਰਬੰਧ ਜਿਹੋ ਜਿਹਾ ਗੰਦਾ ਸਮਾਜ ਬਣਾ ਰਿਹਾ ਉਹਦੇ ਉੱਪਰ ਲਾਜ਼ਮੀ ਹੀ ਚਿੰਤਾ ਅਤੇ ਗੁੱਸਾ ਆਉਂਦਾ ਹੈ ਕਿਉਂਕਿ ਸਮਾਜ ਆਪਣੇ ਆਪ ਗਲਤ ਨਹੀਂ ਹੋ ਰਿਹਾ, ਇਹ ਰਾਜਨੀਤਿਕ ਸਿਸਟਮ ਦੀ ਦੇਣ ਹੈ। ਤਾਂ ਤੀਜੀ ਘਟਨਾ ਵਾਪਰੀ ਹੈ, ਇੱਕ ਜਿਹੜਾ ਹਰਿਆਣਾ ਦਾ ਪਿੰਡ ਹੈ ਉੱਥੇ ਇੱਕ ਪੁੱਤ ਆਪਣੀ ਮਾਂ ਤੋਂ ਸ਼ਰਾਬ ਦੀ ਬੋਤਲ ਲਈ ਪੈਸੇ ਮੰਗਦਾ ਸੀ ਅਤੇ ਮਾਂ ਨੇ ਸ਼ਰਾਬ ਦੀ ਬੋਤਲ ਲਈ ਪੈਸੇ ਨਹੀਂ ਦਿੱਤੇ ਅਤੇ ਪੁੱਤ ਨੇ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਉੱਥੇ ਹੀ ਸ਼ਰਾਬ ਦੀ ਬੋਤਲ ਬਦਲੀ ਅਤੇ ਫਿਰ ਉਹਨੇ ਆਪਣੇ ਪਿਓ ਦੇ ਸੱਟਾਂ ਮਾਰੀਆਂ। ਮਾਂ ਤਾਂ ਉਸਨੇ ਕੁੱਟ ਕੁੱਟ ਕੇ ਹੀ ਮਾਰ ਦਿੱਤੀ, ਪਿਓ ਦੇ ਵੀ ਸੱਟਾਂ ਮਾਰੀਆਂ ਨੇ,
ਪਿਓ ਦਾਖਲ ਹੈ। ਅਤੇ ਇਸ ਤਰ੍ਹਾਂ ਦੀਆਂ ਦਰਜਨਾਂ ਹੀ ਵਾਰਦਾਤਾਂ ਸਾਡੇ ਸਮਾਜ ਦੇ ਵਿੱਚ ਰੋਜ਼ਾਨਾ ਵਾਪਰਦੀਆਂ ਨੇ। ਹੁਣ ਇੱਥੇ ਸੋਚਣਾ ਵੀ ਬਣਦਾ ਹੈ ਅਤੇ ਸਬਕ ਲੈਣਾ ਵੀ ਬਣਦਾ ਹੈ। ਸੋਚਣਾ ਤਾਂ ਇਹ ਬਣਦਾ ਹੈ ਵੀ ਸਾਡਾ ਸਮਾਜ ਕਿਸ ਕਦਰ ਨਿਗਰਦਾ ਜਾ ਰਿਹਾ, ਅਸੀਂ ਸਾਰੇ ਇਹਦੇ ਵਾਸੀ ਹਾਂ, ਇਸੇ ਸਮਾਜ 'ਚ ਅਸੀਂ ਅਤੇ ਸਾਡੀਆਂ ਪੀੜ੍ਹੀਆਂ ਨੇ ਜੀਣਾ। ਪਰ ਜੇ ਸਮਾਜ ਦੇ ਵਿੱਚ ਇਨਸਾਨੀਅਤ ਜਾਂ ਜਿਹੜੀ ਲੋਕਾਂ ਦੀ ਇੱਕ ਅਕਲ ਹੈ ਉਹ ਇਸ ਤਰ੍ਹਾਂ ਮਰਦੀ ਗਈ, ਇਸ ਕਦਰ ਲੋਕ ਪੱਥਰ ਹੁੰਦੇ ਗਏ, ਗੈਰ ਜਜ਼ਬਾਤੀ ਹੁੰਦੇ ਗਏ, ਤਾਂ ਇਹ ਸਮਾਜ ਹੌਲੀ ਹੌਲੀ ਕਿੱਧਰ ਨੂੰ ਚਲਾ ਜਾਏਗਾ। ਅਤੇ ਦੂਜਾ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਵੀ ਇਹ ਕਾਨੂੰਨ ਵਿਵਸਥਾ ਦਾ ਕੀ ਹਾਲ ਹੋ ਗਿਆ, ਕਿਉਂ ਕਾਨੂੰਨ ਇੰਨਾ ਕਮਜ਼ੋਰ ਹੋ ਗਿਆ ਕਿ ਵਾਰਦਾਤਾਂ ਕਰਨ ਵਾਲਿਆਂ ਨੂੰ ਡਰ ਹੀ ਨਹੀਂ ਰਹਿ ਗਿਆ। ਕਈ ਪਿੰਡਾਂ 'ਚੋਂ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਵੀ ਦਿਨ ਰਾਤ ਲੁੱਟਾਂ ਖੋਹਾਂ ਹੋ ਰਹੀਆਂ ਨੇ, ਅਤੇ ਹੁਣ ਜਿਹੜੇ ਚੋਰ ਨੇ ਜਾਂ ਲੁੱਟਾਂ ਖੋਹਾਂ ਕਰਨ ਵਾਲੇ ਨੇ, ਜਿਹੜੇ ਬੰਦੇ ਦੀ ਜੇਬ 'ਚੋਂ ਪੈਸੇ ਨਾ ਨਿਕਲਣ ਉਹਨੂੰ ਉਹ ਬਹੁਤ ਬੁਰੀ ਤਰ੍ਹਾਂ ਕੁੱਟਦੇ ਨੇ ਅਤੇ ਮਾਰਨ ਤੱਕ ਜਾਂਦੇ ਨੇ। ਅਤੇ ਇਹ ਵੀ ਐਲਾਨ ਕੀਤਾ ਕਈ ਇਲਾਕਿਆਂ 'ਚ ਚੋਰਾਂ ਨੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੇ ਲਿਖਤੀ ਵੀ ਜਦੋਂ ਨਿਕਲਦੇ ਹੋ ਘਰੋਂ ਜੇਬ 'ਚ ਤੁਹਾਡੇ ਘੱਟੋ ਘੱਟ 2000 ਰੁਪਈਆ ਹੋਣਾ ਚਾਹੀਦਾ ਹੈ। ਜੇਕਰ ਅਸੀਂ ਕਿਸੇ ਨੂੰ ਲੁੱਟਣ ਲਈ ਫੜਿਆ ਅਤੇ ਉਹਦੇ ਕੋਲੋਂ ਕੁਝ ਨਿਕਲਿਆ ਨਾ, ਤਾਂ ਫਿਰ ਉਹ ਆਪਦਾ ਜ਼ਿੰਮੇਵਾਰ ਆਪ ਹੋਏਗਾ। ਇੱਦਾਂ ਦੀਆਂ ਵੀ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਆ ਰਹੀਆਂ ਨੇ। ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਦਾਅਵੇ ਬਹੁਤ ਵੱਡੇ ਨੇ, ਪਰ ਜਿਹੜੀ ਅਮਲਦਾਰੀ ਆ ਉਹ ਬਹੁਤ ਛੋਟੀ ਆ। ਹੁਣ ਤੁਸੀਂ ਦੇਖੋ ਇਸ ਸਮਾਜ ਦਾ ਜ਼ਿੰਮੇਵਾਰ ਕੌਣ ਹੈ, ਇੰਜ ਕਿਉਂ ਹੋ ਰਿਹਾ? ਇੰਜ ਹੋ ਇਸ ਕਰਕੇ ਰਿਹਾ ਕਿਉਂਕਿ ਸਾਡੇ ਰਾਜਨੀਤਿਕ ਪ੍ਰਬੰਧ ਨੇ ਸਾਡੇ ਸਮਾਜ ਨੂੰ ਵੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਅਤੇ ਲੋਕਾਂ ਦੇ ਰੁਜ਼ਗਾਰ ਵੱਲ ਧਿਆਨ ਨਹੀਂ ਦਿੱਤਾ। ਨਸ਼ਿਆਂ ਵੱਲ ਜਿਹੜੀ ਖਾਸ ਕਰ ਜਵਾਨੀ ਆ ਉਹ ਚਲੀ ਗਈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਲੁੱਟਾਂ ਖੋਹਾਂ ਇਹ ਵਾਰਦਾਤਾਂ ਨਿਕਲਦੀਆਂ ਨੇ। ਹੁਣ ਤੁਸੀਂ ਦੇਖੋ ਜਿਹੜੀ ਵਾਰਦਾਤ ਅੱਜ ਲੁਧਿਆਣਾ ਦੇ ਗਿੱਲ ਰੋਡ 'ਤੇ ਇਸ ਧੀ ਦੇ ਨਾਲ ਹੋਈ ਹੈ, ਇਹ ਆਪਾਂ ਐਂ ਸੋਚ ਸਕਦੇ ਹਾਂ ਵੀ ਇਹ ਕਿੱਡੀ ਕੁ ਗੱਲ ਹੈ, ਇਹ ਕਿਹੜਾ ਸਾਡੇ ਘਰ ਵਾਪਰੀ ਹੈ, ਇਹ ਯਾਰ ਕਿੱਡੀ ਕੁ ਗੱਲ ਸੀ। ਅਸਲ 'ਚ ਅਸੀਂ ਤਾਂ ਕਹਿ ਸਕਦੇ ਹਾਂ ਕਿੱਡੀ ਕੁ ਗੱਲ ਸੀ ਕਿਉਂਕਿ ਇਹ ਸਾਡੇ ਘਰ ਨਹੀਂ ਵਾਪਰੀ। ਜੇਕਰ ਇਹ ਵਾਰਦਾਤ ਸਾਡੇ ਘਰ ਹੋਈ ਹੋਵੇ ਤਾਂ ਫਿਰ ਸਾਨੂੰ ਪਤਾ ਲੱਗੇਗਾ ਕਿ ਇਹ ਕਿੰਨੀ ਦੁੱਖ ਭਰੀ, ਚਿੰਤਾਜਨਕ ਅਤੇ ਵੱਡੀ ਗੱਲ ਹੈ ਕਿ ਇੱਕ ਧੀ ਘਰੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀ ਹੈ, ਇੱਕ ਮੁਟਿਆਰ ਕੁੜੀ, ਅਤੇ ਗੁਰਦੁਆਰਾ ਸਾਹਿਬ ਨੇੜੇ ਤੋਂ ਮੱਥਾ ਟੇਕ ਕੇ ਘਰ ਤੱਕ ਵਾਪਸ ਨਹੀਂ ਆ ਸਕਦੀ, ਉੱਥੇ ਹੀ ਉਹਦੇ ਨਾਲ ਅਜਿਹੀ ਵਾਰਦਾਤ ਹੋ ਜਾਂਦੀ ਹੈ। ਹੋ ਸਕਦਾ ਕੋਈ ਲੁੱਟ ਖੋਹ ਕਰਨ ਵਾਲਾ ਹੋਵੇ, ਹੋ ਸਕਦਾ ਹੈ ਕੋਈ ਹਵਸ ਦਾ ਗਿਰਿਆ ਹੋਇਆ ਵਿਅਕਤੀ ਹੋਵੇ, ਹੋ ਸਕਦਾ ਕੋਈ ਹੋਰ ਵੈਰ ਵਿਰੋਧ ਰੱਖਣ ਵਾਲਾ ਹੋਵੇ, ਕੁਝ ਵੀ ਹੋਵੇ, ਪਰ ਜੋ ਕੁਛ ਇਹ ਸਮਾਜ 'ਚ ਵਾਪਰ ਰਿਹਾ ਇਹ ਸਾਬਤ ਕਰਦਾ ਵੀ ਇੱਥੇ ਸਿਸਟਮ ਅਤੇ ਸਰਕਾਰਾਂ ਕੋਈ ਵਧੀਆ ਤਰੀਕੇ ਨਾਲ ਕੰਮ ਨਹੀਂ ਚਲਾ ਰਹੀਆਂ। ਬਹੁਤ ਸਾਰੇ ਦੇਸ਼ ਨੇ ਗੋਰਿਆਂ ਦੇ, ਜਿਨ੍ਹਾਂ ਨੂੰ ਅਸੀਂ ਆਮ ਹੀ ਕਹਿ ਦਿੰਦੇ ਹਾਂ ਵੀ ਅਸੀਂ ਗੋਰਿਆਂ ਨਾਲੋਂ ਉੱਚੇ ਹਾਂ ਅਤੇ ਚੰਗੇ ਹਾਂ, ਪਰ ਬਿਲਕੁਲ ਇਹ ਗੱਲ ਝੂਠ ਆ। ਗੋਰੇ ਸਾਡੇ ਨਾਲੋਂ ਕਿਤੇ ਵੱਧ ਉੱਚੇ ਅਤੇ ਚੰਗੇ ਸਾਬਤ ਕਰ ਰਹੇ ਨੇ ਆਪਣੇ ਆਪ ਨੂੰ। ਉਹ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਇੱਦਾਂ ਦੀਆਂ ਵਾਰਦਾਤਾਂ ਨਹੀਂ ਕਰਦੇ, ਨਾ ਉੱਥੇ ਆਪਣੇ ਨਿੱਕੇ ਮਾਸੂਮ ਬੱਚਿਆਂ ਨੂੰ ਇੱਦਾਂ ਮਾਰਨਾ ਪੈਂਦਾ ਜਿਵੇਂ ਤਾਏ ਦੇ ਨਾਲ ਮਾਂ ਦੇ ਸੰਬੰਧਾਂ ਵਾਲੀ ਉਹ ਮਾਂ ਨੇ ਧੀ ਮਾਰ ਦਿੱਤੀ ਆਪਦੀ, ਨਾ ਹੀ ਇੱਦਾਂ ਘਰੋਂ
ਗਈ ਜਵਾਨ ਧੀ ਘੰਟੇ ਦੇ ਵਿੱਚ ਹੀ ਮਾਰੀ ਜਾਂਦੀ ਹੈ। ਉੱਥੇ ਤਾਂ ਰਾਤ ਨੂੰ ਵੀ ਕੁੜੀਆਂ ਅੱਧੀ ਅੱਧੀ ਰਾਤ ਤੱਕ ਸੜਕਾਂ 'ਤੇ ਘੁੰਮਦੀਆਂ ਨੇ, ਕੰਮ ਕਰ ਜਾਂਦੀਆਂ ਨੇ, ਤੋਈਆਂ ਫਿਰਦੀਆਂ, ਰਾਤ ਇੱਕ ਇੱਕ ਦੋ ਦੋ ਵਜੇ ਤੱਕ। ਕੋਈ ਕਿਤੇ ਇਹੋ ਜਿਹੀ ਵਾਰਦਾਤ ਕਰ ਨਹੀਂ ਸਕਦਾ, ਕਿਉਂਕਿ ਉੱਥੋਂ ਦਾ ਸਿਸਟਮ ਹੈ, ਉੱਥੋਂ ਦਾ ਪ੍ਰਬੰਧ ਹੈ, ਉੱਥੇ ਕੋਈ ਸਰਕਾਰ ਹੈ। ਅਤੇ ਇੱਥੇ ਸਰਕਾਰਾਂ ਦੀਆਂ ਸਿਰਫ ਪਾਡੀਆਂ ਨੇ, ਫੂਟਾਂ ਨੇ ਵੀ ਅਸੀਂ ਵਿਸ਼ਵ ਗੁਰੂ ਬਣ ਗਏ, ਅਸੀਂ ਬਹੁਤ ਅੱਗੇ ਨਿਕਲ ਗਏ, ਅਸੀਂ ਆਹ ਕਰਤਾ, ਅਸੀਂ ਵਾਹ ਕਰਤਾ। ਪਰ ਜੋ ਹਾਲਾਤ ਆ ਵਾਰਦਾਤਾਂ ਰਾਹੀਂ ਸਾਹਮਣੇ ਆਉਂਦੀ ਹੈ, ਉਹ ਸਾਰੇ ਕੁਛ ਦਾ ਹੀਜ ਪਿਆਜ ਨੰਗਾ ਕਰ ਦਿੰਦੀ ਹੈ, ਉਹ ਸਾਰੇ ਕੁਛ ਦੀ ਫੂਕ ਕੱਢ ਦਿੰਦੀ ਹੈ। ਸੋ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ, ਤੁਹਾਨੂੰ ਕੀ ਲੱਗਦਾ ਇਹ ਕਿਉਂ ਹੋ ਰਿਹਾ, ਕਿੱਦਾਂ ਦਾ ਹੋ ਰਿਹਾ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਆਜ਼ਾਦ, ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀ ਵੀ, ਮੇਰੇ ਨਾਲ ਕੈਮਰੇ 'ਤੇ ਜਗਮੀਤ ਸਿੰਘ। ਬਹੁਤ ਮਿਹਰਬਾਨੀ, ਸ਼ੁਕਰੀਆ।